ਉਹ ਕਹਿੰਦਾ ਦਿਸਦਾ ਕੁਝ ਨੀ ਕੋਹਾਂ ਤਾਈ ਸਭ ਹਨੇਰਾ ਹਨੇਰਾ ਛਾ ਰਿਹਾ ਤਕੜੇ ਹੋ ਜਾਓ ਪੁੱਤਰੋ ਤੁਹਾਡਾ ਸੱਜਰਾ ਪਰਾਉਣਾ ਆ ਰਿਹਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼ ਤੁਹਾਡਾ ਆਪਣਾ ਨਿਊਜ਼ ਲਾਈਨ ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਹਿਲਾਂ ਜ਼ਮਾਨਾ ਕੀ ਚੱਲਦਾ ਹੁੰਦਾ ਸੀ ਕਲਾਕਾਰਾਂ ਦਾ ਵੀ ਸਿੰਗਰ ਆ ਕੇ ਹੈ ਨਾ ਅਤੇ ਸਿੰਗਰ ਪੁਰਾਣਿਆਂ ਦੇ ਹੱਥ ਪਹਿਲੇ ਹੱਥ ਲਾ ਕੇ ਵੀ ਚਲੋ ਹਾਂ ਠੀਕ ਹੈ ਵਧੀਆ ਗੱਲ ਹੈ ਯਾਰ ਇੱਜ਼ਤ ਕਰਨੀ ਚਾਹੀਦੀ ਹੈ ਵੀ ਪਹਿਲਾਂ ਕੀ ਹੁੰਦਾ ਸੀਗਾ ਵੀ ਕਈ ਵਾਰੀ ਜਦੋਂ ਕੋਈ ਨਵਾਂ ਕਲਾਕਾਰ ਆਉਂਦਾ ਨਾ ਉਹਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਠੀਕ ਹੈ ਆਪਣੇ ਕਈ ਵਾਰੀ ਇੰਡਸਟਰੀ ਦੇ ਵਿੱਚ ਇਹੋ ਜਿਹੇ ਕੁਛ ਬੰਦੇ ਹੁੰਦੇ ਨੇ ਜਿਹੜੇ ਕਹਿੰਦੇ ਹੁੰਦੇ ਝੱਲਦੇ ਨਹੀਂ ਹੁੰਦੇ ਕਿਸੇ ਨੂੰ ਵੀ ਉਹਨਾਂ ਨੇ ਕੀ ਕਰਨਾ ਸੁਣੀਆਂ ਹੀ ਆ ਗੱਲਾਂ ਅਸੀਂ ਵੀ ਅੱਜ ਤੋਂ 15-20 ਸਾਲ ਪਹਿਲਾਂ ਇੱਕ ਕਲਾਕਾਰ ਹੋਇਆ ਸੀ ਅੰਮ੍ਰਿਤਸਰ ਵੱਲ ਸਾਈਡ ਦਾ ਹੁਣ ਵੀ ਉਹਦੀ ਬਹੁਤ ਜਾਣੀ ਕਿ ਉਹਦੇ ਵਧੀਆ ਗਾਣੇ ਨੇ ਯਾਰ ਵਧੀਆ ਬੰਦਾ ਮੈਨੂੰ ਵਧੀਆ ਲੱਗਦਾ ਬੰਦਾ ਅਤੇ ਉਹ ਜਦੋਂ ਉਹਦਾ ਵਿਚਾਰ ਦੀ ਤਰੱਕੀ ਹੋਈ ਹੋਈ ਨਾ ਇੱਕ ਆਪਣੇ ਇੱਥੇ ਕਲਾਕਾਰ ਜਿਹੜੇ ਆਪਾਂ ਕਹਿੰਦੇ ਹੁੰਦੇ ਨਾ ਵੀ ਜਿਹੜੇ ਇਸਟੈਬਲਿਸ਼ਡ ਹੁੰਦੇ ਨੇ ਜਿਹੜੇ ਪੁਰਾਣੇ ਕਲਾਕਾਰ ਹੁੰਦੇ ਨੇ ਉਹਨਾਂ ਨੇ ਸਾਲੇ ਨੇ ਕਿਆ ਕੀਤਾ ਉਹਦੇ ਘਰ ਦਾ ਨਾ ਨੰਬਰ ਦੇ ਤਾ ਜਦੋਂ ਉਹਦੀ ਪੂਰੀ ਚੜ੍ਹਾਈ ਹੋ ਗਈ ਨਾ ਉਹਨੂੰ ਪਤਾ ਲੱਗ ਗਿਆ ਉਹਨੇ ਤਾਂ ਕੁਛ ਨਹੀਂ ਕਿਹਾ ਕਿਸੇ ਨੂੰ ਵਿਚਾਰੇ ਨੂੰ ਪਰ ਜਿਹੜੇ ਆ ਦੋ ਤਿੰਨ ਲੀਡ ਫਕੀਰ ਸੀਗੇ ਉੱਥੇ ਲੀਡ ਫਕੀਰ ਤਾਂ ਇੱਕੋ ਹੀ ਹੈ ਉਹੀ ਸੀਗਾ ਅਤੇ ਕੀ ਕੀਤਾ ਨਾ ਉਹਦੇ ਘਰ ਦਾ ਨੰਬਰ ਦੇ ਤਾ ਸ਼ੁਰੂ ਤੋਂ ਇਹ ਕੰਮ ਕਰਦੇ ਨੇ ਘਰ ਦਾ ਨੰਬਰ ਕਿਵੇਂ ਯਾਨੀ ਕਿ ਵੀ ਜਿਹੜਾ ਆਪਣੇ ਘਰਦਿਆਂ ਕੋਲ ਹੁੰਦਾ ਉਦੋਂ ਉਹਨਾਂ ਟਾਈਮਾਂ 'ਚ ਲੈਂਡਲਾਈਨ ਹੋਣਗੇ ਅਤੇ ਨੰਬਰ ਦੇ ਤਾ ਕਹਿੰਦਾ ਐਂ ਕਰੋ ਜਿੰਨੇ ਵੀ ਆਪਣੇ ਫੈਨ ਨੇ ਗਰੁੱਪਾਂ 'ਚ ਪਾ ਤਾ ਜਿੰਨੇ ਆਪਣੇ ਫੈਨ ਇਹਨੂੰ ਸਾਲੇ ਨੂੰ ਗਾਲਾਂ ਕੱਢੋ ਇਹਨੂੰ ਸਾਲੇ ਨੂੰ ਪਤਾ ਲੱਗੇ ਵੀ ਇਹ ਬੋਲਦਾ ਕਿਵੇਂ ਤਰੱਕੀ ਕਿਵੇਂ ਕਰ ਗਿਆ ਇਹ ਫਲਾਨਾ ਕਰਕੇ ਉਹ ਵਿਚਾਰੇ ਸ਼ਰੀਫ ਬੰਦੇ ਸੀ ਯਾਰ ਚਲੋ ਉਹ ਛੱਡ ਗਏ ਯਾਰ ਉਸ ਚੀਜ਼ ਨੂੰ ਹੈ ਨਾ ਵੀ ਕੋਈ ਗੱਲ ਨਹੀਂ ਵੀ ਕੀ ਦਿੱਕਤ ਹੈ ਫਿਰ ਇਹਨਾਂ ਨੇ ਕਿਆ ਕਰਿਆ ਫਿਰ ਇੱਕ ਦੋ ਬੰਦਿਆਂ ਨਾਲ ਹੋਰ ਇਹਨਾਂ ਨਾਲ ਐਂ ਕੀਤਾ ਫਿਰ ਗਾਣਾ ਕੱਢ ਦੇਣਾ ਵੀ ਫਲਾਨਾ ਸਾਡੇ ਤਾਂ ਐਂ ਇਸ ਤਾਂ ਐਂ ਧਮਕਾਂ ਜੇ ਆ ਉਹ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰਾ ਭਰਾ ਹੁਣ ਤੱਕ ਤੁਸੀਂ ਜਿੰਨੇ ਨਾਲ ਜੋ ਕੀਤਾ ਫੋਨ ਫਾਨ ਮੈਸੇਜ ਮੁਸੇਜ ਇਹੀ ਕੱਲ੍ਹ ਇਹੀ ਕੁਛ ਇਹ ਕੱਲ੍ਹ ਪਰਸੋਂ ਦਾ ਇਹ ਇੱਧਰ ਸਾਡੇ ਵੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਨਕੁਆਇਰੀ ਨੰਬਰ 'ਤੇ ਫੋਨ ਕਰਤਾ ਅਸੀਂ ਐਂ ਕਰ ਦਿਆਂਗੇ ਅਸੀਂ ਉਹ ਕਰ ਦਿਆਂਗੇ ਈਮੇਲਾਂ ਕਰਤੀਆਂ ਅਸੀਂ ਇਹ ਕਰ ਦਿਆਂਗੇ ਫਲਾਨਾ ਧਮਕਾ ਕਰਦਾ ਮੇਰੀ ਗੱਲ ਸੁਣੋ ਏ ਠੀਕ ਹੈ ਨਾ ਪਹਿਲੀ ਗੱਲ ਮੇਰਾ ਸੁਭਾਅ ਹੈ ਮੈਂ ਜ਼ਿੰਦਗੀ ਦੇ ਵਿੱਚ ਨਾ ਕਦੇ ਕਿਸੇ ਨੂੰ ਮਾੜਾ ਚੰਗਾ ਅੱਜ ਤੱਕ ਬੋਲਿਆ ਨਾ ਮੈਂ ਬੋਲਾਂ ਅਤੇ ਮੈਂ ਜਿੱਦਣ ਬੋਲਦਾ ਮੈਂ ਠਿੱਕ ਠੋਕ ਕੇ ਕਹਿੰਦਾ ਵੀ ਤੈਨੂੰ ਕਿਹਾ ਠੀਕ ਹੈ ਨਾ ਵੀ ਆਹ ਜਿਹੜੀਆਂ ਲੀਰਾਂ ਵਾਲੀਆਂ ਗੱਲਾਂ ਕਰਦੀਆਂ ਨਾ ਵਿੱਚਾਂ ਲੀਰਾਂ ਨੂੰ ਕਹਿਣਾ ਵਿੱਚ ਹੀ ਤੁਹਾਡੇ ਉਸਤਾਦ ਨੂੰ ਕਹਿਣਾ ਠੀਕ ਹੈ ਨਾ ਵੀ ਆਪਦਾ ਬੰਦਿਆਂ ਵਾਂਗੂ ਉਹਦਾ ਖੂੰਜੇ ਲੱਗ ਕੇ ਉਹਦਾ ਕੰਮ ਕਰੀ ਚੱਲੋ ਠੀਕ ਹੈ ਨਾ ਮੈਂ ਲੈਣ ਦੇਣ 'ਚ ਕਿਸੇ ਨਾਲ ਤੁਹਾਡੇ 'ਚ ਹੈਗਾ ਨਾ ਹੈਗਾ ਪਰ ਜੇ ਮੈਨੂੰ ਵਿੱਚ ਘੜੀਸੂੰਗੇ ਨਾ ਮੈਂ ਇਹੋ ਜਿਹਾ ਘੋਟਾ ਚੜ੍ਹਾਊਂਗਾ ਸਾਰੀ ਜ਼ਿੰਦਗੀ ਯਾਦ ਰੱਖੂੰਗੇ ਠੀਕ ਹੈ ਨਾ ਹੁਣ ਤੱਕ ਤੁਸੀਂ ਕੁੜੀਆਂ ਹੀ ਦਵਾਈਆਂ ਨੇ ਕੁੜੀਆਂ ਦੇ ਪੇਜਾਂ 'ਤੇ ਜਾ ਕਮੈਂਟ ਗਾਲਾਂ ਕੱਢ ਕੇ ਆਹ ਲੀਰਾਂ ਫਕੀਰਾਂ ਵਾਲੇ ਕੰਮ ਨਾ ਜ਼ਿੰਦਗੀ ਦੇ ਵਿੱਚ ਇਹ ਬੰਦਿਆਂ ਵਾਲੇ ਨਾ ਮਰਦਾਂ ਵਾਲੇ ਕੰਮਾਂ 'ਚ ਇਹ ਆਉਂਦੇ ਨੇ ਨਾ ਹੀ ਇਹ ਆ ਹੁਣ ਠੀਕ ਹੈ ਨਾ ਹੁਣ ਤੱਕ ਤੁਸੀਂ ਕੁੜੀਆਂ ਡਰਾਈਆਂ ਨੇ ਤੁਹਾਡਾ ਕਿਸੇ ਸਿਰੇ ਵਾਲੇ ਨਾਲ ਵਾਹ ਨਹੀਂ ਪਿਆ ਠੀਕ ਹੈ ਨਾ ਕਿ ਇਨਕੁਆਇਰੀ ਨੰਬਰ ਵਾਲੇ 'ਤੇ ਫੋਨ ਕਰਕੇ ਸਿਸਟਮ ਕਰਕੇ ਵੀ ਹਾਂ ਅਸੀਂ ਐਂ ਕਰ ਦਿਆਂਗੇ ਕਿਆ ਕਰ ਦਿਓਗੇ ਤੁਸੀਂ ਲੁੱਕ ਕੇ ਥੋੜ੍ਹੀ ਰਹਿੰਦੇ ਹਾਂ ਕਿਸੇ ਪਾਸੇ ਠੀਕ ਹੈ ਨਾ ਆਪਦੇ ਪਿੰਡ ਰਹਿੰਦੇ ਹਾਂ ਠੋਕ ਕੇ ਸਾਰੇ ਸਾਰੀ ਦੁਨੀਆਂ ਨੂੰ ਪਤਾ ਕਿੱਥੇ ਰਹਿੰਦੇ ਇੱਥੇ ਬੋਲ ਕੇ ਚੰਡੀਗੜ੍ਹ ਲੁੱਕ ਕੇ ਥੋੜ੍ਹੀ ਬੈਠਦਾ ਮੈਂ ਠੀਕ ਹੈ ਨਾ ਜੇ ਕਿਸੇ ਨਾਲ ਬਣਦੀ ਵੀ ਨਹੀਂ ਤਾਂ ਨਾਮ ਲੈ ਕੇ ਕਹਿਣਾ ਵੀ ਹਾਂ ਉਹ ਤੈਨੂੰ ਕਿਹਾ ਠੀਕ ਹੈ ਨਾ ਜੇ ਤਾਂ ਹਿੰਮਤ ਹੈ ਕਿ ਪੰਗੇ ਲੈਣ ਦੀ ਤਾਂ ਸੱਜਣ ਮੱਥੇ ਹੋ ਕੇ ਲਿਆ ਕਰੋ ਪੰਗੇ ਠੀਕ ਹੈ ਨਾ ਆਹ ਫੋਨਾਂ ਫਾਨਾਂ ਵਾਲਾ ਸਿਸਟਮ ਨਾ ਮੈਂ ਅੱਜ ਤੱਕ ਕਿਸੇ ਨਾਲ ਇਹੋ ਜਿਹੇ ਲੋਅ ਗ੍ਰੇਡ ਵਾਲੇ ਕੰਮ ਕਦੇ ਕੀਤੇ ਨੇ ਗਾਲ ਮੈਂ ਤਾਂ ਨਹੀਂ ਕੱਢ ਰਿਹਾ ਕਿਉਂਕਿ ਮੈਂ ਆਪਦੇ ਆਪ 'ਚ ਸੁਧਾਰ ਕੀਤਾ ਵੀ ਚੱਲ ਮੈਂ ਕਿਸੇ ਨੂੰ ਬੁਰਾ ਚੰਗਾ ਨਹੀਂ ਬੋਲਣਾ ਠੀਕ ਹੈ ਨਾ ਹੁਣ ਤੱਕ ਤੁਸੀਂ ਬੁੜੀਆਂ ਦਵਾਈਆਂ ਨੇ ਠੀਕ ਹੈ ਸ਼ਰੀਫ ਲੋਕ ਦਵਾਏ ਨੇ ਜਿੰਨਾ ਮੈਨੂੰ ਛੇੜੋਗੇ ਮੈਂ ਤਾਂ ਇਹੋ ਜਲਵਾਂ ਜਿੰਨਾ ਛੇੜੋਗੇ ਮੈਂ ਤੁਹਾਡੀ ਓਨੀ ਵੱਧ ਬੱਦਰੀ ਬਣਾਊਂਗਾ ਠੀਕ ਹੈ ਨਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਿੰਨਾ ਕਈ ਚੀਜ਼ਾਂ ਮੈਂ ਆਪਣੀ ਜ਼ਿੰਦਗੀ 'ਚ ਸੁਧਾਰ ਕੀਤੀ ਵੀ ਚੱਲ ਆਪਾਂ ਕਿਸੇ ਨੂੰ ਰਿਪਲਾਈ ਨਹੀਂ ਕਰਨਾ ਆਪਾਂ ਕਿਸੇ ਨਾਲ ਲੜਨਾ ਨਹੀਂ ਵਾਹਿਗੁਰੂ ਨੇ ਟੈਲੈਂਟ ਦਿੱਤਾ ਠੀਕ ਹੈ ਨਾ ਆਪਾਂ ਨੂੰ ਕੋਈ ਚੰਗੀ ਚੀਜ਼ ਦਿੱਤੀ ਹੈ ਤਾਂ ਉਹਦਾ ਆਪਾਂ ਚੰਗੀ ਚੀਜ਼ ਲਈ ਇਸਤੇਮਾਲ ਕਰੀਏ ਕਿਸੇ ਦੀ ਬੇਇੱਜ਼ਤੀ ਕਰਨ ਲੱਗ ਗਏ ਠੀਕ ਹੈ ਚੱਲ ਅਸੀਂ ਨਿਆਣਪਣੇ ਸਾਰੇ ਗਲਤੀਆਂ ਕਰਦੇ ਨੇ ਅਸੀਂ ਵੀ ਕੀਤੀਆਂ ਮੈਂ ਵੀ ਸਿੱਖਿਆ ਉਹ ਚੀਜ਼ਾਂ ਨੂੰ
पर उस चीज़ का तुसी किसी का गलत फायदा ना चक। ठीक है ना, नहीं फिर बुढ़ी उम्र दाढ़ी च फुल पाने लगे मिनट ही लगते होंगे। ठीक है ना, जो असी घोल भी नहीं करनी। ठीक है ना, मेरे सवाल तुम सारे पता, कोई बंदा टाइम पास कर रहा टेक के उन्होंने कर लैन दे। ठीक है ना, हूँ तक तुम आ जो फोन आ दो तीन लीर चिंटू कैंडिया तेरे भुलेखा होगा भी कमेंटा करके सिद्धू पोस्ट डिलीट करता है। सिद्धू ने ना अज की ना गल की है। ठीक है ना, पोस्टा कल तुम मैं कहोगे पिंड छड़ के भाजा ए कोई नहीं। मैं ऐ कहना भी टिक जाओ बंदे वागू कम। यो बेचारे बुढ़िया ही सगिया। ठीक है, वह कुड़ी सी शरीफ सी बेचारी। ठीक है ना, वो बंदा शरीफ सी जिहड़ा चुप कर गया। मैं थोड़ी बुंबली बना दूँ। ठीक है ना, आपका कम तक मतलब रखो। जे कोई थोड़ा भरम भुलेखा हैगा पिंड ही रहना, जिन्होंने फोन जेडे फोन कर सकते हैं ऊँ भी मिल सकते हैं जो मर्जी आ जाओ। गिफ्ट खुला दे के तुरू। ठीक है ना, आ भरम भुलेखे भी जो तुम कित कोई किसी वो कर दौ जूडे जे खिलर मिनट नहीं लाना। ठीक है ना, वह बंद वागू कम करो। ठीक है ना, आस्तादी अस्तूदी वाले ना अभी है जो ना सू कि कोई सड़े की झेप आ जिदन फुल पाने हुए तेन भी पा देंगे बच्चे। ठीक है ना, आपका कम करो। तुम क्या किस तो लेना यार, सारे आपो अपनी किस्मत लेके आए हैं। कोई घट खाता कोई वध खाता। ठीक है ना, उही किसी से जलस करी जानी सारी सारी जिंदगी का ठेका थोड़ी लिया होया भी तुम भी रहना। तुम आपका कम करी चलो यार, असं आपका कम करी जाना। असी जी ऐ करके कमेंट करके डिलीट कराती, होर ना कुछ डिलीट कराती। ठीक है ना, आपका कम तक मतलब रखो। कुत्ता जे रेहड़ी के थले कई बार होंगे ना, अभी खेत जाता बंदा कोई रेहड़ी ना कुत्ते बन लेंगे ने। कुत्ता मगर मगर तुरै जाता, कदे मूहरे भज लेंदा रेहड़ी दे ते कुत्ते यह भुलेखा आने लग जाता भी पता नहीं रेहड़ी मई खिंची तुरै फिरदा। आप भरम भुलेखे च बिल्कुल ना रहे। ठीक है ना, बुढ़ी खिंची रख मीटर भाई खिंची है भाई यार। पता की गल है, बंदा तो ऊं चुप होंगे भी यार आप शरीफी वाली जिंदगी जीनी है। आप किसी तो की लाना है की किस न माड़ा चंगा किसी। पहली गल मेरा तो यह असूल है भी यार जो भी कोई आप तो व्डा थोड़े तो का तो सारे इज्जत करो यार। ठीक है, गल मुकी। पर इन्ह लीर धोन चिकला यह हो जाता भी सातों कोई डरते हैं, क्योंकि पहला लोग डराए ने ना फोन करके असं चक देंगे जी असं मार देंगे ना। फोनों तो अज डर ना कल डर ना परसों डरना। ठीक है ना, आप तुम मेरे साले फोन ही उन्होंने लाने जो बेचारा काम वाला बंदा होंगे इंक्वायरी से। असं वेले होंने सामू ला लिया करो। ठीक है ना, असं ए कर देंगे चक देंगे। पटा पैन लग गया ना किसी ने नहीं खड़ना इतने, एवं मारी जाना मेरे फलाना धिमका फैन ना फैन थे होना इन्ना तू थे होना। ठीक है ना, एवं दुखिया सालियां घरे कोई पुछदा नहीं है, कोई भरम भुलेखा होया इत होना पिंड ही होना जो मर्जी आ जाओ। ठीक है ना, मैं थोड़े वागू गाँव क्ड के चंडीगढ़ लुके नहीं बैठता। शरेआम स्नैप चैट पा के निकलते हैं, शरेआम स्नैप चैट पा के वापस आने। ठीक है ना, आ दुखी कम जे किसी कोई भरम भुलेखा हो भी कट लियो। आ फोना चावल नहीं ना मैं अज मार लिया ना मैं कलू मार लिया। ठीक है ना, बाकी हूँ तक तुम रहा भी गॉडफादर मनना ना किसी साले को गॉडफादर मनिया, साडा गॉडफादर सच्चे पातशाह वाहगुरु ही है। ठीक है ना, जे कोई भरम भुलेखा हो दस दौ उमें कट लें गाण कटना गाण कट लेंगे ऊँ क्ढना ऊँ क्ढना। ठीक है ना, चंगी भली जिंदगी रब ने कमाई दिती है, कड के गाना बह जाना कनेडा च लुके कदे इधर पा गया कदे उधर पा गया, उंगल ला के हाथ ला के भज लैने जब खड़ो परौने नाल जे पंगा लिया फिर खड़ो। ठीक है ना, गाना कढ़ना कढ़ो आज बराबर पाओ डेट किने पौनी है। यह लीर वाले कम ना करया करो। ठीक है ना, असं भी आपका कम करते हैं, असं आपके माँ प्यो वास्ते करते हैं, अपने परिवार वास्ते करते हैं। ठीक है ना, पर तौले आए पाए अकल हजे तक नहीं आई है। ठीक है ना, आपका ध्यान आपका आपके कम तक मतलब रख। जुत्तियां पैन लगियां कोई वड्डा नहीं कोई छोटा नहीं, जो एको जो गए कलर जो कलर नहीं हथ पा लिया फिर कोई वड्डा नहीं कोई छोटा नहीं। जिनी कि इज्जत जे इज्जत करवानी है तो इज्जत करवा लो, नहीं करवानी फिर जुत्तियां खाएगा फिर वह कोई दम नहीं। ठीक है ना, मैं थोड़िया भेडा का कोई डर है, करो कमेंट कि मेरा सला आज जिन्हें करना करो कमेंट। ठीक है ना, कोई टैलेंट दिता वाहगुरु ने, कोई चार बंदे जो थोड़ा सुनने वाले दते हुए ने, मैनू की पता नहीं तुम की कर दो किन्ने क तेरे फैन ने किन्ने कुछ होर ने साले। ग्रुप बनाई बैठे हो दो दो आ नंबर पर इनू कर दौ फिर नंबर तो क्या हो जूगा। ठीक है,
ਬੋਲਣ ਚੱਲਣ ਵਾਲਾ ਕੁਛ ਨਹੀਂ ਹੁੰਦਾ ਹੁੰਦਾ ਬੰਦੇ ਵਾਂਗੂ ਜਿਹੜਾ ਟੈਲੈਂਟ ਦਿੱਤਾ ਕਲਾਕਾਰ ਹੈ ਕਲਾਕਾਰ ਬਣ ਕੇ ਰਹੋ ਬਦਮਾਸ਼ ਤਾਂ ਇੱਥੇ ਬਦਮਾਸ਼ ਵੀ ਨਹੀਂ ਕਰਦੇ ਬਦਮਾਸ਼ੀ ਤੋਂ ਠੀਕ ਹੈ ਨਾ ਲੀਡਰ ਵਾਲੇ ਕੰਮ ਕਰੇ ਉਹਨੂੰ ਫੋਨ ਕਰਤਾ ਕਰੇ ਉਹਨੂੰ ਫੋਨ ਕਰਤਾ ਹੋਣਾ ਇਹ ਤਾਂ ਹੁਣ ਤੱਕ ਸਾਨੂੰ ਪਿੰਡੋਂ ਭਜਾ ਦਿੰਦੇ ਲੋਕ ਤੁਹਾਡੇ ਵਾਂਗੂ ਅਸੀਂ ਫੋਨਾਂ 'ਤੇ ਉਹ ਕਰਨ ਲੱਗ ਗਏ ਜੇ ਕਿਸੇ ਨੂੰ ਭਰਮ ਭੁਲੇਖਾ ਹੈਗਾ ਹੁਣ ਆਜੋ ਠੀਕ ਹੈ ਨਾ ਅਸੀਂ ਪਿੰਡ ਹੀ ਰਹਿੰਦੇ ਹਾਂ ਕੋਈ ਘਰ ਬਦਲ ਕੇ ਨਹੀਂ ਰਹਿੰਦੇ ਕੋਈ ਕਿਤੇ ਕੁਛ ਹੋਰ ਨਹੀਂ ਰਹਿੰਦੇ ਆਪਦੇ ਘਰ ਰਹਿੰਦੇ ਹਾਂ ਠੋਕ ਕੇ ਰਹਿੰਦੇ ਹਾਂ ਸਨੈਪਚੈਟ ਪਾ ਕੇ ਜਾਂਦੇ ਨਿਕਲਦੇ ਹਾਂ ਠੀਕ ਹੈ ਨਾ ਸਾਡੇ ਵਾਲੇ ਤਾਂ ਜੀ ਐਂ ਕਰਦਾ ਸਾਡੇ ਵਾਲਾ ਤਾਂ ਪੁਰਾਣਾ ਜੀ ਅਸੀਂ ਫਿਰ ਪੈਨਸ਼ਨ ਲਵਾਉਣੀ ਹੈ ਪੁਰਾਣੇ ਤਾਂ ਹੋਊਗਾ ਆਪਦੇ ਘਰੇ ਉਹ ਆਪਦਾ ਕੰਮ ਕਰ ਠੀਕ ਹੈ ਨਾ ਅਸੀਂ ਆਪਦਾ ਕੰਮ ਕਰ ਜਾਣਾ ਤੁਸੀਂ ਆਪਦਾ ਕੰਮ ਕਰ ਜਾਂਦੇ ਜੇ ਫੁਰਕ ਹੈਗੀ ਕੋਈ ਊਂ ਦੇਖ ਲਓ ਠੀਕ ਹੈ ਨਾ ਐਵੇਂ ਸਾਲੇ ਲੀਰਾਂ ਫਕੀਰਾਂ ਵਾਲੇ ਕੰਮ ਕਰੀ ਜਾਣੇ ਕਿਸੇ ਨੂੰ ਫੋਨ ਲਾਤਾ ਸੀ ਉਹ ਕਰ ਦੇਂਗੇ ਕਿਆ ਕਰਤਾ ਹੁਣ ਤੱਕ ਕਿਹਦੇ ਗੋਲੀ ਮਾਰਤੀ ਤੁਸੀਂ ਆਪਦੇ ਘੈਂਟ ਹੋ ਆਪਦੇ ਘਰੇ ਰਹੋ ਅਸੀਂ ਕਿਹੜਾ ਹਰੇਕ ਮਾਂ ਦਾ ਪੁੱਤ ਜਿਹੜਾ ਇੱਥੇ ਜੰਮਿਆ ਉਹ ਘੈਂਟ ਹੀ ਹੈ ਸਾਰੇ ਠੀਕ ਹੈ ਨਾ ਕਿਸੇ ਨੂੰ ਊਂ ਹੀ ਤੁੰਨੀ ਜਾਣਾ ਤੁਸੀਂ ਯਾਰ ਵੀ ਊਂ ਹੀ ਅਸਤਾ ਜੀ ਫਲਾਨਾ ਇਹੋ ਜਿਹੇ ਲੀਰਾਂ ਤੇਰੇ ਚੇਲੇ ਨੇ ਠੀਕ ਹੈ ਅੱਜ ਤੱਕ 3 ਸਾਲ ਦਾ ਕਰੀਅਰ ਹੈ ਆਪਾਂ ਕਦੇ ਜ਼ਿੰਦਗੀ ਦੇ ਵਿੱਚ ਨਾ ਕਰੇ ਕਿਸੇ ਨੂੰ ਫੈਨ ਫੀਲਿੰਗ ਜਾਂ ਕੋਈ ਮੇਰੇ ਫੈਨ ਆਪਾਂ ਤਾਂ ਮੇਰੇ ਤਾਂ ਭਰਾ ਨੇ ਨਾ ਆਪਾਂ ਕਰੇ ਕਿਸੇ 'ਤੇ ਫੀਲਿੰਗ ਲਈ ਹੈ ਪਰ ਸਾਲਾ ਜੇ ਕੋਈ ਲੈਂਦਾ ਉਹਦੀ ਜੁੱਤੀਆਂ ਲਾ ਕੇ ਲਾਈ ਵੀ ਹੈ ਠੀਕ ਹੈ ਨਾ ਬੰਦਿਆਂ ਵਾਂਗੂ ਆਪਦਾ ਟੈਲੈਂਟ ਆ ਉਹਦਾ ਕੰਮ ਕਰ ਠੀਕ ਹੈ ਨਾ ਪੰਗੇ ਲੈਣ ਦੀ ਲੋੜ ਨਹੀਂ ਠੀਕ ਹੈ ਜੇ ਲੈਣਾ ਫਿਰ ਦੱਸ ਕੇ ਲਈ ਆਪ ਬੋਲ ਕੇ ਲਈ ਫਿਰ ਤੈਨੂੰ ਝਾਟਾ ਕਲਾਰਾਂਗੇ ਤੈਨੂੰ ਦੱਸਾਂਗੇ ਵੀ ਹਾਂ ਪੰਗਾ ਕਿਵੇਂ ਲਈਦਾ ਹੁੰਦਾ ਠੀਕ ਹੈ ਨਾ ਆਹ ਫੋਨ ਕਰਾਉਣੇ ਕਿਸੇ ਦੇ ਘਰੇ ਕਿਸੇ ਦੇ ਪਰਸਨਲ ਨੰਬਰਾਂ 'ਤੇ ਫੋਨ ਕਰਵਾਉਣੇ ਇਹ ਦੱਲੇ ਵਾਲਾ ਕੰਮ ਹੁੰਦਾ ਠੀਕ ਹੈ ਮੈਂ ਵੀ ਕਹਿ ਸਕਦਾ ਤੇਰੇ ਵਰਗੇ ਦਾ ਨੰਬਰ ਪਾ ਕੇ ਕਹਿ ਦਿਆਂ ਵੀ ਹਾਂ ਉਹ ਇਹਨੂੰ ਫੋਨ ਕਰੋ ਇਹ ਤਾਂ ਦੱਲੇ ਹੁੰਦੇ ਨੇ ਠੀਕ ਹੈ ਹੁਣ ਤੱਕ ਤੂੰ ਇਹੀ ਕੰਮ ਹੀ ਕੀਤਾ ਮੇਰੀ ਜ਼ਿੰਦਗੀ ਦੇ ਵਿੱਚ ਬਿਦਰਤ ਨਹੀਂ ਰਹੀ ਵੀ ਕਦੇ ਕਿਸੇ ਦੀ ਰਿਸਪੈਕਟ ਇਸ਼ੂ 'ਤੇ ਜਾ ਕੇ ਕਿਸੇ ਨੂੰ ਤੁਸੀਂ ਕਿਸੇ ਦੀ ਪਰਸਨਲ ਲਾਈਫ 'ਤੇ ਜਾ ਕੇ ਡਿਸਟਰਬ ਕਰੋ ਜਾ ਕੇ ਤੁਸੀਂ ਕਿਸੇ ਨੂੰ ਫੋਨ ਕਰੋ ਹੈ ਨਾ ਪਰ ਮੈਂ ਤੈਨੂੰ ਇਹ ਵੀ ਗੱਲ ਕਹਿਣਾ ਵੀ ਇਹ ਖੜੱਪਾ ਸੱਪ ਹੈ ਜਿੰਨਾ ਇਹਨੂੰ ਛੇੜੇਂਗੇ ਉਨਾ ਉੱਠੂ ਠੀਕ ਹੈ ਨਾ ਆਪਦਾ ਕੰਮ ਤੱਕ ਮਤਲਬ ਰੱਖ ਠੀਕ ਹੈ ਨਾ ਆਹ ਫੈਨ ਫੂਨ ਪੇਜ ਸਾਡੇ ਵੀ ਬਹੁਤ ਨੇ ਪਰ ਅਸੀਂ ਕਦੇ ਆਹ ਲੰਡੂ ਹਰਕਤਾਂ ਲੀਰਾਂ ਵਾਲੀਆਂ ਹਰਕਤਾਂ ਨਹੀਂ ਕੀਤੀਆਂ ਹੈਗੀਆਂ ਹਮੇਸ਼ਾ ਇੱਕ ਮੈਨਰ ਦੇ ਵਿੱਚ ਜ਼ਿੰਦਗੀ ਜਿਉਂਦੀਆਂ ਅਤੇ ਜਿਉਂ ਰਹੇ ਹਾਂ ਪਰ ਜੇ ਪੰਗੇ ਲਉਂਗੇ ਠੀਕ ਹੈ ਨਾ ਘਬਰਾਹਟ ਮੈਨੂੰ ਕਿਸੇ ਦੀ ਕੋਈ ਨਹੀਂ ਕਿਸੇ ਸਾਲੇ ਦੇ ਕਿਸੇ ਦੇ ਪਿਓ ਦੀ ਘਬਰਾਹਟ ਨਹੀਂ ਹੈਗੀ ਮੈਨੂੰ ਤੈਨੂੰ ਕੋਈ ਵਹਿਮ ਪਰ ਮਰਿਆ ਹੈਗਾ ਵੀ 25 ਸਾਲਾਂ ਦਾ ਤੂੰ ਕੱਢ ਲਈ ਕੋਈ ਹੋਰ ਕਿਸੇ ਨੇ ਕੱਢਣਾ ਹੋਇਆ ਉਹ ਕੱਢ ਲਿਓ ਠੀਕ ਹੈ ਆਪਦੀ ਵਾਹਿਗੁਰੂ ਤੋਂ ਰੋਟੀ ਲਿਖਾ ਕੇ ਲਿਆਏ ਅਤੇ ਵਾਹਿਗੁਰੂ ਨੇ ਜਿਹੜੀ ਦਿੱਤੀ ਉਹਨੀ ਖਾ ਕੇ ਮਰਾਂਗੇ ਠੀਕ ਹੈ ਨਾ ਭਲੇ ਕਤਰੇ ਇੱਕ ਥਾਂ 'ਤੇ ਕੱਢਿਆ ਸੀ ਅੱਗੇ ਵੀ ਕੱਢਾਂਗੇ ਜਿੱਥੇ ਉਹ ਕੱਢਣਾ ਹੋਇਆ ਉਹ ਦੱਸ ਦਿਓ ਠੀਕ ਹੈ ਨਾ ਬਾਕੀ ਮੇਰੇ ਭਰਾ ਸਾਰੇ ਜਿੰਨੇ ਵੀ ਤੁਸੀਂ ਹੈਗੇ ਹੋ ਜਿਉਂਦੇ ਵੱਸਦੇ ਰਹੋ ਮੇਰਾ ਵੀਰ ਮੈਂ ਆਹੀ ਗੱਲ ਕਹਿਣੀ ਸੀ ਮੈਂ ਯਾਰ ਕਿਸੇ ਬਾਰੇ ਛੇਤੀ ਛੇਤੀ ਬੋਲਦਾ ਨਹੀਂ ਹੁੰਦਾ ਵੀ ਚੱਲ ਕਿਆ ਇਹ ਲੈਣਾ ਆਪਾਂ ਕਿਸੇ ਬਾਰੇ ਕਿਉਂ ਮਾੜਾ ਚੰਗਾ ਬੋਲਣਾ ਪਰ ਇਹ ਲੀਰਾਂ ਨੂੰ ਇਹ ਹੋ ਜਾਂਦਾ ਵੀ ਗੌਰ ਸਭ ਤੋਂ ਡਰਦੇ ਨੇ ਜਾਂ ਕੁਛ ਹੋਰ ਅਤੇ ਆਹ ਲੰਡੂ ਕੰਮਾਂ 'ਚ ਕੋਈ ਨਹੀਂ ਆਪਦਾ ਤੁਸੀਂ ਜੇ ਤੁਹਾਡੇ ਕੋਲ ਰੱਬ ਨੇ ਫੋਨ ਦਿੱਤੇ ਆਪਦਾ ਚੰਗੇ ਕੰਮ ਕਰੋ ਠੀਕ ਹੈ ਦੜਬੇ ਸਾਲੇ ਤੁਹਾਨੂੰ ਕਿਹੜਾ ਪਤਾ ਨਹੀਂ ਸੀ ਕੀ ਹੋਇਆ ਉਦੋਂ ਵੀ ਕੋਈ ਰੌਲਾ ਨਹੀਂ ਦੜਬਾ ਕਿਹੜਾ ਇੱਕ ਵਾਰੀ ਆਇਆ ਬਥੇਰੇ ਵਾਰੀ ਆਉਣਾ ਦੜਬਾ ਦੜਬੇ ਵਾਲਾ ਵੀ ਦੇਖ ਲਾਂਗੇ ਸ਼ੱਕ ਕੱਢਣਾ ਦੁਬਾਰੇ ਕੱਢਣਾ ਉਹ ਵੀ ਕੱਢ ਲਓ ਵੀਡੀਓ ਜੀ ਪਾਉਣ ਲਾਤੇ ਸੀ ਨਾ 10 ਮਿੰਟ 2 ਦਿਨਾਂ 'ਚ ਹੀ ਹੁਣ ਤਾਂ ਕਹਿੰਦੇ ਸੀ ਉਹਦੀ ਵੀਡੀਓ ਨਹੀਂ ਪਾਉਂਦੇ ਸਾਲੇ ਹੋ ਗਿਆ ਦੜਬੇ ਦੇ ਦੜਬੇ ਬੜਾ ਤੁਸੀਂ ਤੁਹਾਨੂੰ ਯਾਰ ਗਾਲ ਕਢਾਉਂਦੇ ਹੋ ਮੈਂ ਇੱਥੋਂ ਨਿਕਲ ਜਾਊਗੀ ਫਿਰ ਤੁਸੀਂ ਤਾਂ ਟਾਂ ਜੇ ਝਾਕੀ ਜਾਊਂਗੇ ਦੜਬੇ ਕੀ ਹੋ ਗਿਆ ਸੀ ਦੜਬੇ ਕੀ ਹੋ ਗਿਆ ਸੀ ਦੜਬੇ ਤੁਹਾਨੂੰ ਪਤਾ ਨਹੀਂ ਵੀ ਕੀ ਹੋਇਆ ਸੀ ਪੰਜਰ ਦੇ ਬੱਸਾਂ ਦੇ ਚਲਾਉਣ ਤਾਂ ਕੱਟਣ ਦਾ ਤੀ ਤੁਸੀਂ ਦੜਬੇ ਕਮੇਟੀ ਵਾਲਿਆਂ ਤੋਂ ਪੁੱਛਿਓ ਵੀ ਕੀ ਹੋਇਆ ਸੀ ਮੈਥੋਂ ਕਿਆ ਪੁੱਛਦੇ ਜਿੱਥੇ ਹੱਥ ਜੇ ਬੰਨੀ ਖੜੇ ਸੀ ਦੜਬੇ ਜਿਹੜੇ ਗਏ ਸੀ ਦੜਬੇ ਵਾਲਿਆਂ ਨੂੰ ਸਾਰੇ ਦੜਬੇ ਨੂੰ ਪਤਾ ਸੀ ਕੀ ਹੋਇਆ ਕੀ ਨਹੀਂ ਹੋਇਆ ਇਸ ਤਾਂ ਯਾਰ ਕਿਸੇ ਨਾਲ ਮੁਕਾਬਲਾ ਹੈ ਹੀ ਨਹੀਂ ਸੀ ਮੇਰਾ ਤਾਂ ਠੀਕ ਹੈ ਨਾ ਤੁਸੀਂ ਨਾਲ ਜਦੋਂ ਪ੍ਰਾਹੁਣੇ ਦੇ ਆ ਕੇ ਖਹਿੰਦੇ ਹੋ ਫਿਰ ਉਹਨੇ ਝਾਟੀ ਵਾਲਾ ਦੁੱਤਾ ਚੰਗਾਊਗਾ ਹੀ ਤੁਹਾਨੂੰ ਫਿਰ ਠੀਕ ਹੈ ਨਾ ਕੋਈ ਭੁਲੇਖਾ ਨਹੀਂ ਵੀਰੇ ਕੋਈ ਨਹੀਂ ਸ਼ੋ ਖੁੱਲ ਜਾਣਗੇ ਦੁਬਾਰੇ ਖੁੱਲ ਜਾਣਗੇ ਮੇਰਾ ਤਾਂ ਸਾਡਾ ਤਾਂ ਰੌਲਾ ਹੈ ਹੀ ਨਹੀਂ ਵੀ ਅਸੀਂ ਘੈਂਟ ਦਾ ਜਿਹੜਾ ਕਹਿੰਦਾ ਉਹਦਾ ਰੌਲਾ ਆ ਤੁਹਾਡੀਆਂ ਵਰਗੀਆਂ ਲੀਰਾਂ ਦਾ ਰੌਲਾ ਠੀਕ ਹੈ ਨਾ
ਕੋਈ ਜੜਬਾ ਜੜਬਾ ਕਿਹੜਾ ਅੱਜ ਹੀ ਮੁੱਕ ਗਿਆ, ਕੋਈ ਨੀ ਹੁਣ ਅਜੇ ਕਿਹੜਾ ਸ਼ੋ ਨੀ ਹੋਣੇ ਅੱਗੇ, ਤਾਂ ਭੁਲੇਖੇ ਕੱਢਣ ਵਾਸਤੇ ਬੈਠੇ ਜਿੰਨਾ ਚਿਰ ਜਿਉਂਦੇ ਆ ਭੁਲੇਖੀ ਕੱਢਾਂਗੇ, ਹੋਰ ਕਿਤੇ ਕੱਢਣਾ ਹੋਇਆ ਉਹ ਦੱਸ ਦਿਓ। ਇਹ ਤਾਂ ਜਿੱਥੇ ਕਹੋਗੇ ਟੱਕਰੂੰਗਾ, ਮੂਹਰੇ ਟੱਕਰੂ, ਕੋਈ ਦਿੱਕਤ ਵਾਲੀ ਗੱਲ ਹੀ ਨੀ। ਤੁਹਾਡੇ ਵਾਲੇ ਵਾਂਗੂ ਮੈਂ ਮੋਢੇ ਧਰ ਕੇ ਨੀ ਚਲਾਉਂਦਾ ਵੀ ਹਾਂ ਉਹ ਫਲਾਨਾ ਆ ਗਿਆ, ਉਹਦੇ ਮੋਢੇ ਧਰ ਕੇ ਬੋਲ ਪਿਆ, ਇਹਦੇ ਧਰ ਕੇ ਬੋਲ ਪਿਆ। ਮੈਂ ਤਾਂ ਸਿੱਧਾ ਹਾਂ, ਉਸਤਾਦ ਹੈਂਡ ਫਰੀ, ਸਿੱਧਮ ਸਿੱਧਾ, ਠੀਕ ਹੈ ਨਾ। ਉਦਣ ਵੀ ਆਪਦੇ ਹਿੱਕ ਦੇ ਜ਼ੋਰ 'ਤੇ ਬਥੇਰੇ ਪਰਚੇ ਕਰਾਏ ਸੀ, ਸ਼ੋਅ 'ਤੇ ਨਾ ਪਹੁੰਚ ਸਕੇ, ਠੀਕ ਹੈ ਨਾ। ਇੱਕ ਨਹੀਂ ਕਰਵਾਇਆ, ਦੋ ਨਹੀਂ ਕਰਵਾਇਆ, ਚਾਰ ਪਰਚੇ ਕਰਵਾਏ ਕਹਿ ਕੇ ਵੀ ਸ਼ੋਅ 'ਤੇ ਨਾ ਆਜੇ, ਸ਼ੋਅ 'ਤੇ ਨਾ ਆਜੇ। ਸ਼ੋਅ 'ਤੇ ਫਿਰ ਵੀ ਗਿਆ, ਕਿਆ ਕਰ ਲਿਆ ਮੇਰਾ ਤੁਸੀਂ? ਅਸੈਪਟ ਕਰਨੀ ਚੀਜ਼ਾਂ ਸਿੱਖੋ, ਕਲਾਕਾਰ ਸਾਡੇ ਤੋਂ ਪਹਿਲਾਂ ਹੀ ਬਥੇਰੇ ਵੱਡੇ, ਅਸੀਂ ਵੀ ਸਾਰਿਆਂ ਦੀ ਇੱਜ਼ਤ ਕਰਦੇ ਹਾਂ। ਐਵੇਂ ਕਿਸੇ ਨੂੰ ਫੜ ਕੇ ਧੱਕੇ ਨਾਲ ਸ਼ਰੀਕ ਨਾ ਬਣਾਓ, ਜੇ ਉਹ ਸ਼ਰੀਕ ਬਣ ਗਿਆ ਨਾ ਹਨੇਰੀਆਂ ਲਿਆ ਦੋ। ਮੈਂ ਜ਼ਿਆਦਾਤਰ ਇਹਨਾਂ ਚੀਜ਼ਾਂ ਦੇ ਵਿੱਚ ਪੈਂਦਾ ਨਹੀਂ ਹੈਗਾ ਵੀ ਜਾਂ ਕੋਈ ਕਿਸੇ ਨੂੰ ਕੁਛ ਕੀ ਕਹਿਣਾ ਵੀ ਉਸਤਾਦ ਚੇਲੇ ਚੱਲ ਕਿਆ ਹੋ ਗਿਆ। ਮੈਂ ਕਿਹਾ ਤਾਂ ਕਿਹਾ ਸੀ, ਇੱਕ ਠੋਕ ਕੇ ਕਿਹਾ ਕਿ ਦੱਬ ਕੇ ਕਿਹਾ, ਪੋਸਟ ਜਿਹੜੀ ਪਾਈ ਆ ਤਾਂ ਪਾਈ ਹੈ ਨਾ, ਅੱਜ ਤੱਕ ਕਿਸੇ ਸਾਲੇ ਦੇ ਕਿਸੇ 'ਤੇ ਡਿਲੀਟ ਕੀਤੀ ਅਤੇ ਨਾ ਕਿਸੇ ਦੇ ਕਿਸੇ 'ਤੇ ਕਰੀਏ, ਠੀਕ ਹੈ ਨਾ। ਆ ਬਾਕੀ ਜਿਹੜਾ ਤੁਹਾਨੂੰ ਫੋਨ ਫਾਨ ਵਾਲਾ ਭੁਲੇਖਾ ਟੱਕਰ ਲਿਓ, ਕਦੇ ਜਦੋਂ ਮਰਜ਼ੀ ਆ ਜਾਓ, ਜੇ ਪਿੰਡ ਹੀ ਹੁੰਦੇ, ਠੀਕ ਹੈ ਨਾ। ਫੋਨ ਫਾਨ 'ਤੇ ਤੁਸੀਂ ਹਜੇ ਤੱਕ ਬੁੜੀਆਂ ਹੀ ਡਰਾਈਆਂ, ਉਹ ਵਿਚਾਰੀ ਮਹੱਤੜ ਕੁੜੀ ਡਰਾਈ ਹੈ ਜਿਹੜੀ ਸ਼ਰੀਫ ਸੀ ਆਪਦਾ ਕੰਮ ਕਰਨ, ਠੀਕ ਹੈ ਨਾ। ਇਹਦਾ ਫੁੱਫੜ ਹੈ, ਠੀਕ ਹੈ ਨਾ। ਇਹੋ ਜਿਹਾ ਕਲੋਜ਼ ਕਰ ਫੇਰੂੰਗਾ, ਸਾਰੀ ਜ਼ਿੰਦਗੀ ਯਾਦ ਰੱਖੂੰਗੇ, ਠੀਕ ਹੈ ਨਾ। ਬਾਕੀ ਤੁਹਾਨੂੰ ਬਾਹਲੀਆਂ ਗੱਲਾਂ ਦੇ ਵਿੱਚ ਮੈਂ ਪੈਂਦਾ ਨਹੀਂ। ਬਾਕੀ ਸਾਰਿਆਂ ਨੂੰ ਇੱਕੋ ਹੀ ਮੈਸੇਜ ਹੈ ਮੇਰਾ ਵੀ ਜੋ ਵੀ ਚੱਲ ਮੇਰੇ ਵੀ ਚਾਹੁਣ ਵਾਲੇ ਨੇ ਵੀਰ ਭਰਾ ਨੇ, ਠੀਕ ਹੈ ਨਾ, ਕੋਈ ਨੈਗੇਟਿਵਿਟੀ ਨਾ ਕ੍ਰੀਏਟ ਕਰਿਆ ਕਰੋ ਯਾਰ। ਜਿਹਨਾਂ ਨੂੰ ਭੁਲੇਖਾ ਹੈਗਾ ਇੱਥੇ ਬੈਠਾ, ਠੀਕ ਹੈ ਨਾ, ਜਦੋਂ ਮਰਜ਼ੀ ਕੱਢ ਲਿਓ, ਠੀਕ ਹੈ। ਤੁਹਾਡੇ ਵਾਲਿਆਂ ਵਾਂਗੂ ਅਸੀਂ ਮੋਢੇ ਧਰ ਕੇ ਤਾਂ ਚਲਾਈ ਨਹੀਂ ਅੱਜ ਤੱਕ ਕਦੇ ਕਿਸੇ ਆਪਦੇ ਜਿਹਨੂੰ, ਜੇ ਕਿਸੇ ਨਾਲ ਕੋਈ ਪ੍ਰੋਬਲਮ ਵੀ ਰਹੀ ਆਪਦਾ ਹਿੱਕ ਠੋਕ ਕੇ ਕਿਹਾ ਵੀ ਸਾਲਿਆ ਤੇਰੇ ਨਾਲ ਪ੍ਰੋਬਲਮ ਆ, ਠੀਕ ਹੈ। ਅੱਜ ਵੀ ਕਹਿੰਦੇ ਹਾਂ, ਕੱਲ੍ਹ ਨੂੰ ਵੀ ਕਹਾਂਗੇ, ਠੀਕ ਹੈ ਨਾ। ਕੱਲ੍ਹ ਤੁਹਾਡੇ ਤੋਂ ਦਵੇ ਸੀ ਨਾ ਅੱਜ ਦਵੇ, ਉਹ ਤਾਂ ਦਬਣ ਦਬਾਉਣ ਵਾਲੀ ਗੱਲ ਤਾਂ ਤੁਹਾਨੂੰ ਮੈਂ ਕਹਿਣ ਦੀ ਲੋੜ ਨਹੀਂ, ਪਰ ਮੈਂ ਤੁਹਾਨੂੰ ਇਹ ਕਹਿਣਾ ਆ ਲੀਰਾਂ ਨੂੰ ਜਿਹੜੀਆਂ ਦੋ ਤਿੰਨ ਹੈਗੀਆਂ ਨੇ ਅੱਗੇ, ਮੈਂ ਕੱਲ੍ਹ ਪਰਸੋਂ ਦੇਖਿਆ ਵਾ ਕਿ ਬਾਈ ਤੂੰ ਪੋਸਟ ਡਿਲੀਟ ਕਰਤੀ ਸਾਡੇ ਕਮੈਂਟਾਂ ਕਰਕੇ, ਇਸ ਸਾਲੇ ਉਹ ਜਦੋਂ ਮੈਂ ਕੋਈ ਵੀ ਗਾਣਾ ਪਾਉਣਾ ਮੈਂ ਪੋਸਟ ਡਿਲੀਟ ਕਰ ਦਿੰਦਾ ਉਹਦਾ, ਨਾਲ ਦੀ ਨਾਲ ਹੀ ਕਰ ਦਿੰਦਾ, ਕਿਉਂਕਿ ਹਜ਼ਾਰ ਗਾਣਾ ਆਉਣਾ, ਹਜ਼ਾਰ ਗਾਣੇ ਦੇ ਪੋਸਟਰ ਪਏ ਹੋਣਗੇ। ਉਹੀ ਗੱਲ ਹੈ ਨਾ ਵੀ ਕੁੱਤਾ ਰੇੜੀ ਨਾਲ ਤੁਰਿਆ ਜਾਂਦਾ, ਕੁੱਤੇ ਨੂੰ ਇਹ ਹੋ ਗਿਆ ਵੀ ਰੇੜੀ ਮੈਂ ਹੀ ਖਿੱਚੀ ਜਾਂਦਾ, ਉਹ ਇਹ ਨਹੀਂ ਪਤਾ ਹੁੰਦਾ ਵੀ ਰੇੜੀ ਤੈਨੂੰ ਖਿੱਚੀ ਜਾਂਦੀ ਹੈ। ਟਾਈਮ ਪਾਸ ਕਰ ਲਓ, ਇੱਥੇ ਹਰੇਕ ਬੜੇ ਬੜੇ ਬੰਦੇ ਆਏ ਨੇ, ਮਾਈਕਲ ਜੈਕਸਨ ਵਰਗੇ ਆ ਕੇ ਤੁਰ ਗਏ, ਠੀਕ ਹੈ। ਹਾਂ ਜੇ ਕੋਈ ਤੁਹਾਨੂੰ ਖੁਰਕਿਆ ਫਿਰ ਪਰਾਉਣੇ ਨਾਲ ਸਿੱਧਾ ਟੱਕਰੋ, ਐਵੇਂ ਕਿਸੇ ਦੇ ਮੋਢੇ ਧਰ ਕੇ ਕਰੇ ਉਹਨੂੰ ਕਹਿਤਾ ਜੀ ਮੈਂ ਫਲਾਨੇ ਦੇ ਗਰੁੱਪਾਂ 'ਚ ਮੈਂ ਕਦੇ ਨੰਬਰ ਨਾ ਕਿਸੇ ਕਲਾਕਾਰਾਂ ਦੇ ਪਾਏ ਨੇ ਜਿਹਦੇ ਨਾਲ ਮੇਰੀ ਪ੍ਰੋਬਲਮ ਹੈਗੀ ਆ, ਤਾਂ ਹਿੱਕ ਠੋਕ ਕੇ ਕਿਹਾ ਵੀ ਹਾਂ ਉਹ ਤੇਰੇ ਨਾਲ ਦੇਖਣਾ ਦੱਸ ਕਿਵੇਂ ਕਰਨਾ, ਠੀਕ ਹੈ ਨਾ। ਬੜੇ ਹੋ ਗਏ, ਮਾੜੀ ਮੋਟੀ ਅਕਲ ਕਰ ਲਓ, ਸਾਲੇ ਧੌਲੇ ਆ ਗਏ, ਜੁੱਤੀਆਂ ਨਾ ਖਾ ਲਿਓ, ਨਹੀਂ ਇੱਥੇ ਆਪੋ ਆਪਣੀ ਜੁਤਾਬ ਦੇ ਹੱਥ ਹੁੰਦੀ ਹੈ, ਬੰਦੇ ਵਾਂਗੂ ਉਹਦਾ ਕੰਮ ਤੱਕ ਮਤਲਬ ਰੱਖੋ, ਠੀਕ ਹੈ ਨਾ। ਕਿਸੇ ਨੂੰ ਐਵੇਂ ਮਾੜਾ ਚੰਗਾ ਨਾ ਕਹੋ, ਡੈਟਸ ਇਟ। ਕੋਈ ਫਿਰ ਵੀ ਭਰਮ ਭੁਲੇਖਾ ਹੋਇਆ ਜਦੋਂ ਮਰਜ਼ੀ, ਕੋਈ ਰੌਲੇ ਵਾਲੀ ਗੱਲ। ਸਿੱਧੂ ਮੂਸੇ ਵਾਲੇ ਜਾਂ ਬੱਬੂ ਮਾਨ ਵਿੱਚੋਂ ਤੁਸੀਂ ਕਿਸ ਦੇ ਫੈਨ ਹੋ, ਆਪਣੇ ਕਮੈਂਟ ਕਰ ਜ਼ਰੂਰ ਦੱਸਣਾ। ਇਸ ਦੇ ਨਾਲ ਜੇਕਰ ਤੁਸੀਂ ਇਸ ਚੈਨਲ 'ਤੇ ਨਵੇਂ ਹੋ ਤਾਂ ਇਸ ਤਰ੍ਹਾਂ ਦੀਆਂ ਹਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ, ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।